ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਮੈਂ ਉਹਨਾਂ ਨੂੰ ਯਾਦ ਦਿਲਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਵੀ ਨੇ ਅਤੇ ਸੂਬੇ ਪ੍ਰਤੀ ਉਹਨਾਂ ਦੀ ਕੁਛ ਜ਼ਿੰਮੇਦਾਰੀ ਵੀ। ਉਹ ਬੇਸ਼ੱਕ ਆਮ ਆਦਮੀ ਪਾਰਟੀ ਦੇਸ਼ ਭਰ 'ਚ ਪ੍ਰਚਾਰ ਕਰੀ ਜਾਣ, ਲੇਕਿਨ ਜਿਸ ਪ੍ਰਕਾਰ ਨਾਲ ਪੰਜਾਬ ਨਸ਼ੇ ਦੀ ਮਾਰ 'ਚ ਹੈ ਔਰ ਜਿਸ ਪ੍ਰਕਾਰ ਇਹ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਇਹਦੇ ਵੱਲ ਵੀ ਧਿਆਨ ਦੇਣ। ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ MLA ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ MP ਕੈਂਡੀਡੇਟ ਦੀ ਪ੍ਰੈਜੈਂਸ ਸਟੇਜ 'ਤੇ ਖੜ੍ਹੇ ਹੋ ਕੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਦੋ ਪੁਲਿਸ ਅਫਸਰ ਜਿਹੜੇ ਆ ਉਹ ਨਸ਼ਾ ਵਿਕਾ ਰਹੇ, ਔਰ ਇਹਦੀ ਜਾਣਕਾਰੀ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਸਰਕਾਰ ਨੂੰ ਦਿੱਤੀ, ਪਰ ਹਾਲੇ ਤੱਕ ਉਹਨਾਂ ਦੀ ਕਾਰਵਾਈ ਨਹੀਂ ਹੋਈ। ਮੈਂ ਸਮਝਦਾ ਬਹੁਤ ਗੰਭੀਰ ਮੁੱਦਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਰਵਾਈ ਇਸ ਕਰਕੇ ਨਹੀਂ ਹੋਈ ਕਿਉਂਕਿ ਇਹ ਜਿਹੜੇ ਪੁਲਿਸ ਦੇ ਅਫਸਰ ਨੇ ਇਹ ਰਾਘਵ ਚੱਡਾ ਸਾਹਿਬ ਦੇ ਖਾਸਮ ਖਾਸ। ਸੋ ਇੰਨੇ ਗੰਭੀਰ ਆਰੋਪ ਆਮ ਆਦਮੀ ਪਾਰਟੀ ਦਾ MLA ਲਗਾ ਰਿਹਾ ਹੈ ਅਤੇ ਪੰਜਾਬੀਆਂ ਦੇ ਮਨ 'ਚ ਇਹ ਸਵਾਲ ਨਿਸ਼ਚਿਤ ਰੂਪ ਨਾਲ ਖੜ੍ਹਾ ਹੋ ਗਿਆ ਕਿ ਪੂਰੇ ਪੰਜਾਬ ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਬੱਚੇ ਮਰ ਰਹੇ ਨੇ, ਜਿਹੜਾ ਨਸ਼ੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਇਹ ਸਰਕਾਰੀ ਸ਼ਹਿ 'ਤੇ ਹੋ ਰਹੀ ਹੈ ਔਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਔਰ ਸਰਕਾਰ ਦੇ ਲੋਕ ਸ਼ਾਮਿਲ ਹੈ। ਸੋ ਮੁੱਖ ਮੰਤਰੀ ਸਾਹਿਬ, ਤੁਹਾਡੀ ਸਰਕਾਰ ਕਟਗਹਿਰੇ 'ਚ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਆਰੋਪਾਂ ਦੀ ਗੰਭੀਰਤਾ ਨਾਲ ਜੋ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਲਗਾਏ ਨੇ, ਔਰ ਕਿਉਂਕਿ ਪੰਜਾਬ ਪੁਲਿਸ ਹੀ ਕੁਐਸਚਨ ਮਾਰਕ 'ਚ ਹੈ, ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਉਹ ਕੇਂਦਰੀ ਏਜੰਸੀ NIA ਨੂੰ ਤੁਰੰਤ ਸੌਂਪੀ ਜਾਣੀ ਚਾਹੀਦੀ ਹੈ। ਸੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਇਹਦੇ ਨਿਰਦੇਸ਼ ਦੇਣ, ਔਰ ਉਹਨਾਂ ਨੇ ਵੀ ਕਿਹਾ ਕਿ ਅਗਰ ਉਹਨਾਂ ਨੇ ਇਸ ਮਾਮਲੇ 'ਚ ਵੀ ਅਣਗਹਿਲੀ ਕੀਤੀ ਤਾਂ ਪੰਜਾਬ ਅਤੇ ਪੰਜਾਬੀ ਕਦੀ ਮੁੱਖ ਮੰਤਰੀ ਸਾਹਿਬ ਨੂੰ ਮਾਫ਼ ਨਹੀਂ ਕਰਨਗੇ। ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਮੈਂ ਉਹਨਾਂ ਨੂੰ ਯਾਦ ਦਿਲਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਵੀ ਨੇ ਅਤੇ ਸੂਬੇ ਪ੍ਰਤੀ ਉਹਨਾਂ ਦੀ ਕੁਛ ਜ਼ਿੰਮੇਦਾਰੀ ਵੀ। ਉਹ ਬੇਸ਼ੱਕ ਆਮ ਆਦਮੀ ਪਾਰਟੀ ਦੇਸ਼ ਭਰ 'ਚ ਪ੍ਰਚਾਰ ਕਰੀ ਜਾਣ, ਲੇਕਿਨ ਜਿਸ ਪ੍ਰਕਾਰ ਨਾਲ ਪੰਜਾਬ ਨਸ਼ੇ ਦੀ ਮਾਰ 'ਚ ਹੈ ਔਰ ਜਿਸ ਪ੍ਰਕਾਰ ਇਹ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਇਹਦੇ ਵੱਲ ਵੀ ਧਿਆਨ ਦੇਣ। ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ MLA ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ MP ਕੈਂਡੀਡੇਟ ਦੀ ਪ੍ਰੈਜੈਂਸ ਸਟੇਜ 'ਤੇ ਖੜ੍ਹੇ ਹੋ ਕੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਦੋ ਪੁਲਿਸ ਅਫਸਰ ਜਿਹੜੇ ਆ ਉਹ ਨਸ਼ਾ ਵਿਕਾ ਰਹੇ, ਔਰ ਇਹਦੀ ਜਾਣਕਾਰੀ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਸਰਕਾਰ ਨੂੰ ਦਿੱਤੀ, ਪਰ ਹਾਲੇ ਤੱਕ ਉਹਨਾਂ ਦੀ ਕਾਰਵਾਈ ਨਹੀਂ ਹੋਈ। ਮੈਂ ਸਮਝਦਾ ਬਹੁਤ ਗੰਭੀਰ ਮੁੱਦਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਰਵਾਈ ਇਸ ਕਰਕੇ ਨਹੀਂ ਹੋਈ ਕਿਉਂਕਿ ਇਹ ਜਿਹੜੇ ਪੁਲਿਸ ਦੇ ਅਫਸਰ ਨੇ ਇਹ ਰਾਘਵ ਚੱਡਾ ਸਾਹਿਬ ਦੇ ਖਾਸਮ ਖਾਸ। ਸੋ ਇੰਨੇ ਗੰਭੀਰ ਆਰੋਪ ਆਮ ਆਦਮੀ ਪਾਰਟੀ ਦਾ MLA ਲਗਾ ਰਿਹਾ ਹੈ ਅਤੇ ਪੰਜਾਬੀਆਂ ਦੇ ਮਨ 'ਚ ਇਹ ਸਵਾਲ ਨਿਸ਼ਚਿਤ ਰੂਪ ਨਾਲ ਖੜ੍ਹਾ ਹੋ ਗਿਆ ਕਿ ਪੂਰੇ ਪੰਜਾਬ ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਬੱਚੇ ਮਰ ਰਹੇ ਨੇ, ਜਿਹੜਾ ਨਸ਼ੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਇਹ ਸਰਕਾਰੀ ਸ਼ਹਿ 'ਤੇ ਹੋ ਰਹੀ ਹੈ ਔਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਔਰ ਸਰਕਾਰ ਦੇ ਲੋਕ ਸ਼ਾਮਿਲ ਹੈ। ਸੋ ਮੁੱਖ ਮੰਤਰੀ ਸਾਹਿਬ, ਤੁਹਾਡੀ ਸਰਕਾਰ ਕਟਗਹਿਰੇ 'ਚ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਆਰੋਪਾਂ ਦੀ ਗੰਭੀਰਤਾ ਨਾਲ ਜੋ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਲਗਾਏ ਨੇ, ਔਰ ਕਿਉਂਕਿ ਪੰਜਾਬ ਪੁਲਿਸ ਹੀ ਕੁਐਸਚਨ ਮਾਰਕ 'ਚ ਹੈ, ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਉਹ ਕੇਂਦਰੀ ਏਜੰਸੀ NIA ਨੂੰ ਤੁਰੰਤ ਸੌਂਪੀ ਜਾਣੀ ਚਾਹੀਦੀ ਹੈ। ਸੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਇਹਦੇ ਨਿਰਦੇਸ਼ ਦੇਣ, ਔਰ ਉਹਨਾਂ ਨੇ ਵੀ ਕਿਹਾ ਕਿ ਅਗਰ ਉਹਨਾਂ ਨੇ ਇਸ ਮਾਮਲੇ 'ਚ ਵੀ ਅਣਗਹਿਲੀ ਕੀਤੀ ਤੇ ਪੰਜਾਬ ਤੇ ਪੰਜਾਬੀ ਕਦੀ ਮੁੱਖ ਮੰਤਰੀ ਸਾਹਿਬ ਨੂੰ ਮਾਫ਼ ਨਹੀਂ ਕਰਨਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।